ਤੁਸੀਂ ਬਹੁਤ ਵੇਖੇ ਹੋਣੇ ਨੇ, ਪਰ ਇਹ ਕਾਰਡ ਕੁਝ ਵੱਖਰਾ ਹੈ ਕਿਉਂਕਿ ਇਸ ਦੇ ਵਿੱਚ ਚਾਂਦੀ ਦਾ ਮੰਦਿਰ ਹੈ ਤੇ ਸੋਨੇ ਦੀਆਂ ਮੂਰਤੀਆਂ ਨੇ। ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਦਾ ਸਭ ਤੋਂ ਮਹਿੰਗਾ ਕਾਰਡ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ, ਜਿਹੜਾ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਛੇਤੀ ਹੀ ਉਹ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਤੇ ਅਜਿਹੇ ਦੇ ਵਿੱਚ ਜਿੱਥੇ ਹੈ ਉਹਨਾਂ ਦੇ ਵਿਆਹ ਦਾ ਇਹ ਲਗਜ਼ਰੀ ਕਾਰਡ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਾਇਰਲ ਵੀਡੀਓ ਦੇ ਵਿੱਚ ਇਸ ਕਾਰਡ ਨੂੰ ਅਨਬੋਕਸਿੰਗ ਕੀਤਾ ਜਾ ਰਿਹਾ ਅਤੇ ਅਜਿਹੇ ਦੇ ਵਿੱਚ ਦੇਖ ਕੇ ਲੱਗਦਾ ਕਿ ਆਖਿਰਕਾਰ ਕਿਸੇ ਵੱਡੇ ਘਰਾਣੇ ਦੇ ਵਿੱਚੋਂ ਹੀ ਇਹ ਕਾਰਡ ਭੇਜਿਆ ਗਿਆ ਹੋਏਗਾ, ਜਿਸ ਕਰਕੇ ਐਡਾ ਵੱਡਾ ਕਾਰਡ ਜਿਹੜਾ ਆਪਣੇ ਸਕੇ ਸੰਬੰਧੀਆਂ ਨੂੰ ਅਤੇ ਹੋਰ ਰਿਸ਼ਤੇਦਾਰਾਂ ਨੂੰ ਭੇਜਿਆ ਗਿਆ। ਇਸ ਦੇ ਵਿੱਚ ਸੋਨੇ ਅਤੇ ਚਾਂਦੀ ਵਰਗੀਆਂ ਜੋ ਧਾਤਾਂ ਨੇ ਉਹਨਾਂ ਦੀ ਵਰਤੋਂ ਕੀਤੀ ਗਈ ਹੈ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਇਨਵੀਟੇਸ਼ਨ ਕਾਰਡ ਜਿਹੜਾ ਇੱਕ ਬਾਕਸ ਦੇ ਰੂਪ ਦੇ ਵਿੱਚ ਹੈ ਅਤੇ ਜਦੋਂ ਹੀ ਇਸ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਪ੍ਰਾਚੀਨ ਮੰਦਿਰ ਦਾ ਪ੍ਰਤੀਰੂਪ ਜਿਹੜਾ ਨਜ਼ਰ ਆਉਂਦਾ। ਸਭ ਤੋਂ ਪਹਿਲਾਂ ਦੋ ਦਰਵਾਜ਼ੇ ਨੇ, ਇਸ ਇਹਨਾਂ ਨੂੰ ਖੋਲ੍ਹਣ ਦੇ ਕਾਰਡ ਦੇ ਅੰਦਰ ਹੀ ਐਂਟਰੀ ਮਿਲਦੀ ਹੈ ਅਤੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਦੇ ਸੰਕੇਤ ਤੌਰ 'ਤੇ ਦਿਖਾਇਆ ਗਿਆ। ਇਸ ਦੇ ਵਿੱਚ ਸੋਨੇ ਦੀਆਂ ਮੂਰਤੀਆਂ ਵੀ ਲੱਗੀਆਂ ਹੋਈਆਂ ਨੇ। ਹਾਲਾਂਕਿ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਕੋਈ ਥੋੜ੍ਹਾ ਬਹੁਤ ਅਮੀਰ ਹੁੰਦਾ ਤਾਂ ਉਹਨਾਂ ਦੇ ਵੱਲੋਂ ਜੋ ਆਪਣੇ ਘਰ ਦੇ ਵਿੱਚ ਧੀ ਦਾ ਵਿਆਹ ਜਾਂ ਪੁੱਤਰ ਦਾ ਵਿਆਹ ਹੋਵੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਡਰਾਈ ਫਰੂਟਸ ਦੇ ਡੱਬੇ ਦਿੱਤੇ ਜਾਂਦੇ ਨੇ। ਪਰ ਇਹ ਕਾਰਡ ਜਿਹੜਾ ਸਭ ਤੋਂ ਵੱਖਰਾ, ਜਿਸ ਦੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਧਾਤਾਂ ਦੀ ਵਰਤੋਂ ਕੀਤੀ ਗਈ ਹੈ। ਆਖਿਰਕਾਰ ਕਿੱਦਣ ਵਿਆਹ ਆ ਅਤੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਫੰਕਸ਼ਨ ਨੇ, ਇਸ ਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਹੈ ਸਕੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ ਜਿਹੜੀ ਹੈ ਦੇਣ ਦੇ ਲਈ ਇਸ ਦੇ ਵਿੱਚ ਲਿਖੀ ਗਈ। ਕਾਰਡ ਦੇ ਅੰਦਰ ਭਗਵਾਨ ਗਣੇਸ਼ ਜੀ, ਭਗਵਾਨ ਵਿਸ਼ਨੂੰ ਜੀ, ਲਕਸ਼ਮੀ ਜੀ, ਰਾਧਾ ਕ੍ਰਿਸ਼ਨ ਅਤੇ ਦੁਰਗਾ, ਇਹਨਾਂ ਤਮਾਮ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਅਤੇ ਨਾਲ ਹੀ ਇੱਕ ਸੰਬੋਧਿਤ ਪੱਤਰ ਵੀ ਹੈ, ਜਿਸ ਦੇ ਜੋ ਜਿਹੜਾ ਕਿ ਹੱਥ ਦੇ ਨਾਲ ਲਿਖਿਆ ਹੋਇਆ, ਜਿਸ ਦੇ ਵਿੱਚ ਨੀਤਾ ਅੰਬਾਨੀ ਨੇ ਜਿਹੜੀ ਹੈ ਆਪਣੀਆਂ ਫੀਲਿੰਗਸ ਨੂੰ ਸ਼ੇਅਰ ਕੀਤਾ ਕਿ ਆਖਿਰਕਾਰ ਸਾਰੇ ਜਿਹੜੇ ਹੈ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਹੁੰਚਣ। ਤਾਂ ਤਸਵੀਰ ਤੁਹਾਨੂੰ ਉਸ ਲਗਜ਼ਰੀ ਕਾਰਡ ਦੀ ਦਿਖਾ ਰਹੇ ਹਾਂ ਜਿਹੜਾ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਅਤੇ ਇਸ ਤਰ੍ਹਾਂ ਦਾ ਕਾਰਡ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਨਹੀਂ ਵੇਖਿਆ ਹੋਵੇਗਾ। ਕਾਰਡ ਤਾਂ ਤੁਸੀਂ ਬਹੁਤ ਵੇਖੇ ਹੋਣੇ ਨੇ, ਪਰ ਇਹ ਕਾਰਡ ਕੁਝ ਵੱਖਰਾ ਹੈ ਕਿਉਂਕਿ ਇਸ ਦੇ ਵਿੱਚ ਚਾਂਦੀ ਦਾ ਮੰਦਿਰ ਹੈ ਅਤੇ ਸੋਨੇ ਦੀਆਂ ਮੂਰਤੀਆਂ ਨੇ। ਅਨੰਤ ਅੰਬਾਨੀ ਅਤੇ ਰਾਧਿਕਾ ਦੇ ਵਿਆਹ ਦਾ ਸਭ ਤੋਂ ਮਹਿੰਗਾ ਕਾਰਡ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ, ਜਿਹੜਾ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਛੇਤੀ ਹੀ ਉਹ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਅਤੇ ਅਜਿਹੇ ਦੇ ਵਿੱਚ ਜਿੱਥੇ ਹੈ ਉਹਨਾਂ ਦੇ ਵਿਆਹ ਦਾ ਇਹ ਲਗਜ਼ਰੀ ਕਾਰਡ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਾਇਰਲ ਵੀਡੀਓ ਦੇ ਵਿੱਚ ਇਸ ਕਾਰਡ ਨੂੰ ਅਨਬੋਕਸਿੰਗ ਕੀਤਾ ਜਾ ਰਿਹਾ ਅਤੇ ਅਜਿਹੇ ਦੇ ਵਿੱਚ ਦੇਖ ਕੇ ਲੱਗਦਾ ਕਿ ਆਖਿਰਕਾਰ ਕਿਸੇ ਵੱਡੇ ਘਰਾਣੇ ਦੇ ਵਿੱਚੋਂ ਹੀ ਇਹ ਕਾਰਡ ਭੇਜਿਆ ਗਿਆ ਹੋਏਗਾ, ਜਿਸ ਕਰਕੇ ਐਡਾ ਵੱਡਾ ਕਾਰਡ ਜਿਹੜਾ ਆਪਣੇ ਸਕੇ ਸੰਬੰਧੀਆਂ ਨੂੰ ਅਤੇ ਹੋਰ ਰਿਸ਼ਤੇਦਾਰਾਂ ਨੂੰ ਭੇਜਿਆ ਗਿਆ। ਇਸ ਦੇ ਵਿੱਚ ਸੋਨੇ ਅਤੇ ਚਾਂਦੀ ਵਰਗੀਆਂ ਜੋ ਧਾਤਾਂ ਨੇ ਉਹਨਾਂ ਦੀ ਵਰਤੋਂ ਕੀਤੀ ਗਈ ਹੈ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਇਨਵੀਟੇਸ਼ਨ ਕਾਰਡ ਜਿਹੜਾ ਇੱਕ ਬਾਕਸ ਦੇ ਰੂਪ ਦੇ ਵਿੱਚ ਹੈ ਅਤੇ ਜਦੋਂ ਹੀ ਇਸ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਪ੍ਰਾਚੀਨ ਮੰਦਿਰ ਦਾ ਪ੍ਰਤੀਰੂਪ ਜਿਹੜਾ ਨਜ਼ਰ ਆਉਂਦਾ। ਸਭ ਤੋਂ ਪਹਿਲਾਂ ਦੋ ਦਰਵਾਜ਼ੇ ਨੇ, ਇਸ ਇਹਨਾਂ ਨੂੰ ਖੋਲ੍ਹਣ ਦੇ ਕਾਰਡ ਦੇ ਅੰਦਰ ਹੀ ਐਂਟਰੀ ਮਿਲਦੀ ਹੈ ਅਤੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਜ਼ਿੰਦਗੀ ਦੀ ਇੱਕ
ਨਵੀਂ ਸ਼ੁਰੂਆਤ ਦੇ ਸੰਕੇਤ ਤੌਰ ਤੇ ਦਿਖਾਇਆ ਗਿਆ। ਇਸ ਦੇ ਵਿੱਚ ਸੋਨੇ ਦੀਆਂ ਮੂਰਤੀਆਂ ਵੀ ਲੱਗੀਆਂ ਹੋਈਆਂ ਨੇ। ਹਾਲਾਂਕਿ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਕੋਈ ਥੋੜ੍ਹਾ ਬਹੁਤ ਅਮੀਰ ਹੁੰਦਾ ਤਾਂ ਉਹਨਾਂ ਦੇ ਵੱਲੋਂ ਜੋ ਆਪਣੇ ਘਰ ਦੇ ਵਿੱਚ ਧੀ ਦਾ ਵਿਆਹ ਜਾਂ ਪੁੱਤਰ ਦਾ ਵਿਆਹ ਹੋਵੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਡਰਾਈ ਫਰੂਟਸ ਦੇ ਡੱਬੇ ਦਿੱਤੇ ਜਾਂਦੇ ਨੇ। ਪਰ ਇਹ ਕਾਰਡ ਜਿਹੜਾ ਸਭ ਤੋਂ ਵੱਖਰਾ ਹੈ, ਜਿਸ ਦੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਧਾਤਾਂ ਦੀ ਵਰਤੋਂ ਕੀਤੀ ਗਈ ਹੈ। ਆਖਿਰਕਾਰ ਕਿੱਦਣ ਵਿਆਹ ਆ ਅਤੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਫੰਕਸ਼ਨ ਨੇ, ਇਸ ਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਹੈ ਸਕੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ ਜਿਹੜੀ ਹੈ ਦੇਣ ਦੇ ਲਈ ਇਸ ਦੇ ਵਿੱਚ ਲਿਖੀ ਗਈ। ਕਾਰਡ ਦੇ ਅੰਦਰ ਭਗਵਾਨ ਗਣੇਸ਼ ਜੀ, ਭਗਵਾਨ ਵਿਸ਼ਨੂੰ ਜੀ, ਲਕਸ਼ਮੀ ਜੀ, ਰਾਧਾ ਕ੍ਰਿਸ਼ਨ ਅਤੇ ਦੁਰਗਾ, ਇਹਨਾਂ ਤਮਾਮ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਅਤੇ ਨਾਲ ਹੀ ਇੱਕ ਸੰਬੋਧਿਤ ਪੱਤਰ ਵੀ ਹੈ, ਜਿਸ ਦੇ ਜੋ ਜਿਹੜਾ ਕਿ ਹੱਥ ਦੇ ਨਾਲ ਲਿਖਿਆ ਹੋਇਆ, ਜਿਸ ਦੇ ਵਿੱਚ ਨੀਤਾ ਅੰਬਾਨੀ ਨੇ ਜਿਹੜੀ ਹੈ ਆਪਣੀਆਂ ਫੀਲਿੰਗਸ ਨੂੰ ਸ਼ੇਅਰ ਕੀਤਾ ਕਿ ਆਖਿਰਕਾਰ ਸਾਰੇ ਜਿਹੜੇ ਹੈ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਹੁੰਚਣ। ਤਾਂ ਤਸਵੀਰ ਤੁਹਾਨੂੰ ਉਸ ਲਗਜ਼ਰੀ ਕਾਰ ਦੀ ਦਿਖਾ ਰਹੇ ਹਾਂ ਜਿਹੜਾ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਅਤੇ ਇਸ ਤਰ੍ਹਾਂ ਦਾ ਕਾਰਡ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਨਹੀਂ ਵੇਖਿਆ ਹੋਵੇਗਾ।